بسم الله الرحمن الرحيم. ਵਾਜੀ ਵਾ ਕੋਈ ਨੀ ਫਿਰ ਨਜ਼ਰ ਕੋਈ ਗੱਲ ਨੀ ਕੋਈ ਨੀ ਹਰ ਚੀਜ਼ ਨੂੰ ਅੱਲਾਹ ਪਾਕ ਨੇ ਆਲਾ ਤਾਲਾ ਦਾ ਹੁਸਨ ਦਿੱਤਾ ਹੈ ਇਹਨਾਂ ਇਹਨਾਂ ਦੇ ਵਿੱਚ ਵੀ ਅੱਲਾਹ ਪਾਕ ਨੇ ਅਲੱਗ ਖੂਬੀਆਂ ਰੱਖੀਆਂ ਨੇ ਹਾਂ ਅੱਛਾ ਇਹ ਜਿਹੜੇ ਆਪਣੇ ਜਿਹੜੇ ਖਾਕੀ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਨਾਲ ਦੋ ਸਾਡੇ ਨਾਲ ਰਲਣੇ ਸ਼ੁਰੂ ਹੋ ਗਏ ਨੇ ਅਤੇ ਨਾਲ ਨਾਲ ਗੱਪਸ਼ਪ ਕਰਦੇ ਹਾਂ ਜੀ ਜੀ ਅਸਲਾਮ ਵਾਲੇਕੁਮ ਜੀ ਕੀ ਹਾਲ ਹੈ ਜੀ ਦੋਸਤਾਂ ਸਾਰਿਆਂ ਦਾ ਜੀ ਠੀਕ ਠਾਕ ਹੋ ਜੀ ਜੀ ਜੇਦੀ ਮਲਕ ਤੁਹਾਡੇ ਨਾਲ ਲਾਈਵ ਹੋ ਗਿਆ ਜੀ ਅੱਜ ਫੈਸਲਾਬਾਦ 'ਚ ਆਇਆ ਸੀ ਕਾਫੀ ਦੇਰ ਬਾਅਦ ਮੁਲਾਕਾਤ ਹੋ ਰਹੀ ਹੈ ਜੀ ਮਾਸ਼ਾਅੱਲਾ ਕੁਝ ਆਪਣੇ ਉਸਤਾਦਾਂ ਵਾਲੇ ਕਬੂਤਰਾਂ ਦਾ ਤੁਹਾਨੂੰ ਸ਼ੌਕ ਕਰਵਾਉਂਦੇ ਹਾਂ ਨਾਲ ਅਤੇ ਨਾਲ ਗੱਪਸ਼ਪ ਕਰਦੇ ਹਾਂ ਬਜ਼ੁਰਗ ਮੇਰੇ ਨਾਲ ਨੇ ਜੀ ਅੱਜ ਕੁਝ ਘੜੀ ਮੁੜੀਆਂ ਅਤੇ ਕੋਈ ਗੱਪਸ਼ਪ ਕਰਾਂਗੇ ਥੋੜ੍ਹੀ ਜੀ ਨਾਲ ਤੁਹਾਨੂੰ ਸ਼ੌਕ ਕਰਵਾਉਂਦੇ ਹਾਂ ਕੁਝ ਬੇਬੀ ਕਾਫੀ ਸਾਰੇ ਬੜੇ ਖੂਬਸੂਰਤ ਤਿਆਰ ਹੋਏ ਸਨ ਮੈਂ ਕਿਹਾ ਚਲੋ ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਹਾਂ ਤੁਹਾਡੇ ਨਾਲੇ ਗੱਪਸ਼ਪ ਕਰਦੇ ਹਾਂ ਜੀ ਅਤੇ ਹੋਰ ਸਭ ਦੋਸਤ ਠੀਕ ਠਾਕ ਨੇ ਜੀ ਲਾਈਕ ਕਮੈਂਟ ਅਤੇ ਸ਼ੇਅਰਿੰਗ ਤੁਹਾਡਾ ਸ਼ੁਕਰੀਆ ਤੁਹਾਡੀ ਮੁਹੱਬਤ ਆ ਹਮੇਸ਼ਾ ਨਾਲ ਰਹਿੰਦੇ ਹੋ ਫੈਸਲਾਬਾਦ ਦੇ ਕਬੂਤਰ ਪਰਵੀ ਦੇ ਹਵਾਲੇ ਨਾਲ ਜਦੋਂ ਵੀ ਆਈਦਾ ਅਤੇ ਕੋਈ ਨਾ ਕੋਈ ਗੱਪਸ਼ਪ ਹੁੰਦੀ ਰਹਿੰਦੀ ਹੈ ਦੋਸਤਾਂ ਨਾਲ ਲੇਕਿਨ ਕੁਝ ਨਾਮਵਰ ਉਸਤਾਦ ਜਿਨ੍ਹਾਂ ਨੇ ਫੈਸਲਾਬਾਦ ਦੀ ਕਬੂਤਰ ਪਰਵੀ 'ਚ ਬੜੇ ਗਹਿਰੇ ਨਕੂਸ਼ ਛੱਡੇ ਨੇ ਐਸੇ ਨਕੂਸ਼ ਛੱਡੇ ਨੇ ਕਿ ਉਹ ਮੁੱਤਾਂ ਯਾਦ ਰਹਿਣ ਵਾਲੇ ਨੇ ਜਿਨ੍ਹਾਂ 'ਚ ਫੈਸਲਾਬਾਦ ਦੇ ਇੱਕ ਨਾਮਵਰ ਕਬੂਤਰ ਪਰਵਰ ਉਸਤਾਦ ਬਾਬੂ ਹਸਨ ਸਾਹਿਬ ਚੌਂਕ ਘੰਟਾ ਘਰ ਫੈਸਲਾਬਾਦ ਵਾਲੇ ਦੇ ਨੇ ਜਿਨ੍ਹਾਂ ਦਾ ਤਾਰਫ ਅਸੀਂ ਕੀ ਕਰਵਾਉਣਾ ਦੁਨੀਆ ਜਾਣਦੀ ਉਹਨਾਂ ਨੂੰ ਪਾਰਟੀਸ਼ਨ ਤੋਂ ਪਹਿਲਾਂ ਵੀ ਉਹਨੇ ਯਕਸਾਂ ਮਕਬੂਲ ਸਨ ਅਤੇ ਪਾਰਟੀਸ਼ਨ ਤੋਂ ਬਾਅਦ ਵੀ ਉਹਨਾਂ ਦਾ ਜ਼ਿਕਰ ਖਾਰਿਦਾ ਹੁਣ ਤਾਂ ਅੱਲਾਹ ਪਾਕ ਨੇ ਉਹਨਾਂ ਨੂੰ ਪਰਦਾ ਫਰਮਾਇਆ ਪਰਦਾ ਦਿੱਤਾ ਇੱਕ ਆਪਣਾ ਦਸ ਬਾਰਾਂ ਸਾਲ ਤਕਰੀਬਨ ਹੋ ਚੱਲੇ ਨੇ ਉਹਨਾਂ ਨੂੰ ਕਿਉਂ ਜੀ ਬਾਰਾਂ ਕੁ ਸਾਲ ਹੋ ਚੱਲੇ ਨੇ ਜ਼ਿਆਦਾ ਹੀ ਹੋ ਗਿਆ ਨੇ ਤਕਰੀਬਨ ਜੇ ਦੁਨੀਆ ਤੋਂ ਉਹਨਾਂ ਨੂੰ ਪਰਦਾ ਫਰਮਾਇਆ ਉਹਨੂੰ ਅੱਜ ਵੀ ਉਹਨਾਂ ਦਾ ਜ਼ਿਕਰ ਖਾਰਿਦਾ ਹੁੰਦਾ ਉਹਨਾਂ ਦੇ ਕਬੂਤਰਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਕੜੀ ਮੁੜੀਆਂ ਦਾ ਖਾਕੀਆਂ ਦਾ ਮੋਤੀਆਂ ਵਾਲਿਆਂ ਦਾ ਫਿਰ ਉਸ ਤੋਂ ਬਾਅਦ ਚੂਹਿਆਂ ਦਾ ਇਸ ਤਰ੍ਹਾਂ ਮਤਲਬ ਸਿਆਹ ਕਬੂਤਰ ਵੀ ਸਨ ਜੀ ਬਾਬਾ ਜੀ ਸਿਆਵਾਂ ਦਾ ਵੀ ਸਿਆਵਾਂ ਦਾ ਵੀ ਜ਼ਿਕਰ ਆਉਂਦਾ ਹੈ ਹਾਂਜੀ ਜਾਗ ਵੀ ਉਹਨਾਂ ਨੂੰ ਕਹਿੰਦੇ ਹਾਂਜੀ ਅਤੇ ਫਿਰ ਜੋਂ ਸੇ ਕੁਝ ਕਬੂਤਰ ਚੁਣੀਆਂ ਕਬੂਤਰ ਉਹਨਾਂ ਕੋਲ ਬੜੇ ਅੱਛੇ ਹੁੰਦੇ ਸੀ ਜਿਹੜੇ ਹਾਂਜੀ ਅਤੇ ਅੱਜ ਤੁਹਾਨੂੰ ਫਿਰ ਸ਼ੌਕ ਕਰਵਾਉਂਦੇ ਹਾਂ ਜੀ ਇਨਸ਼ਾਅੱਲਾ ਤਾਲਾ ਨਾਲ ਆ ਗਏ ਦੋਸਤ ਸਾਡੇ ਨਾਲ ਜਿਹੜੇ ਦੋਸਤ ਆਏ ਨੇ ਜੀ ਮਲਕ ਵਕਾਸ ਸਾਹਿਬ ਵੈਲਕਮ ਹੋ ਗਿਆ ਜੀ ਸਮੁੰਦਰੀ ਤੋਂ ਜੀ ਮਲਕ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਹੋ ਖੈਰ ਦੇ ਨਾਲ ਹੋ ਜੀ ਜੀ ਵੈਲਕਮ ਹੋ ਗਿਆ ਜੀ ਦੋਸਤਾਂ ਨੂੰ ਵੈਲਕਮ ਹੋ ਗਿਆ ਜੀ ਲਓ ਜੀ ਤੁਹਾਨੂੰ ਅਸੀਂ ਆਪਣੇ ਸ਼ੌਕ ਦਾ ਪਹਿਲਾਂ ਆਗਾਜ਼ ਕਰਾਉਂਦੇ ਹਾਂ ਤੁਹਾਨੂੰ ਪਹਿਲਾਂ ਤਾਂ ਕਬੂਤਰਾਂ ਦਾ ਸ਼ੌਕ ਕਰਵਾਈਏ ਜੀ ਲਓ ਜੀ ਬਹੁ ਹਸਨ ਸਾਹਿਬ ਵਾਲੇ ਜੀ ਖਾਕੀ ਕਬੂਤਰ ਜੀ ਬੇਮਿਸਾਲ ਜੀ ਰੰਗੀਨ ਅੱਖਾਂ ਵਾਲੇ ਅਤੇ ਬਿਹਤਰੀਨ ਪਰਵਾਜ਼ਾਂ ਜੀ ਅੱਜ ਵੀ ਬਹੁਤ ਹੀ ਲਾਜਵਾਬ ਨੇ ਮਾਸ਼ਾਅੱਲਾ ਇਹਨਾਂ ਦਾ ਜੀ ਕੱਦ ਬੁੱਤ ਇਹਨਾਂ ਦੇ ਬੜੇ ਖੂਬਸੂਰਤ ਨੇ ਮੋਤੀਆਂ ਵਾਲੇ ਠੀਕ ਹੈ ਜੀ ਹਾਂਜੀ ਇਹ ਦੇਖੋ ਜੀ ਇੱਕ ਨਵਾਂ ਪੱਠਾ ਜੀ ਮਾਸ਼ਾਅੱਲਾ
ਹਾਕੀ ਚ ਤਿਆਰ ਹੋਇਆ ਜੀ। ਪੱਠਾ ਤਾਂ ਕੋਈ ਨਿਕਲਣਾ, ਪੱਠੀਆਂ ਜ਼ਿਆਦਾ ਨਿਕਲਦੀਆਂ ਨੇ, ਪੱਠਾ ਕਿਤੇ ਹੀ ਨਿਕਲਦਾ। ਅੱਛਾ ਇਹ ਨਾ ਮੈਂ ਦੇਖ ਕੇ ਪੈਂਤੀਆਂ ਵਾਲੇ ਬਰਡ ਜਿਹੜੇ ਨਾ ਦੇਖੋ ਨਜ਼ਰ ਆ ਰਿਹਾ ਬਰਡ ਇੱਕ, ਇਹ ਪੈਂਤੀਆਂ ਵਾਲੇ ਇਹਨਾਂ ਕੋਲ ਕਾਫੀ ਦੇਰ ਦੇ ਇਹਨਾਂ ਨੂੰ ਗਿਫਟ ਆਏ ਸਨ ਤੇ ਕਾਫੀ ਦੇਰ ਦੇ ਇਹਨਾਂ ਕੋਲ ਮੌਜੂਦ ਨੇ। ਔਰ ਇਹ ਪੈਂਤੀਆਂ ਵਾਲੇ ਜਿਹੜੇ ਆਮ ਪੈਂਤੀਆਂ ਵਾਲਿਆਂ ਤੋਂ ਹਟ ਕੇ ਨੇ, ਇਹਨਾਂ ਦਾ ਆਪਣਾ ਜ਼ਾਤੀ ਤੌਰ ਦੇ ਉੱਤੇ ਨਾ ਬਹੁਤ ਅੱਛਾ ਟਰੈਕ ਰਿਕਾਰਡ ਆ। ਇਹਨਾਂ ਨੂੰ ਇਹਨਾਂ ਨੇ ਕ੍ਰਾਸ ਕਰੂਸ ਕੀਤਾ ਤੇ ਡਾਇਰੈਕਟ ਵੀ ਉਡਾਉਂਦੇ ਪਏ ਨੇ, ਬੜੇ ਅੱਛੇ ਉੱਡਦੇ ਨੇ ਜੀ। ਜੀ ਮਲਕ ਮੁਹੰਮਦ ਅਕਰਮ ਸਾਹਿਬ ਲਾਹੌਰ ਤੋਂ ਸਾਡੇ ਨਾਲ ਆ ਗਏ ਨੇ ਜੀ, ਵੈਲਕਮ ਹੋ ਗਿਆ ਜੀ ਮਲਕ ਸਾਹਿਬ, ਵੈਲਕਮ ਹੋ ਗਿਆ ਜੀ, ਵੈਲਕਮ। ਕੀ ਹਾਲ ਚਾਲ ਭਰਾ ਦਾ? ਠੀਕ ਠਾਕ ਹੋ ਜੀ? ਕੀ ਹਾਲ ਚਾਲ ਆ ਜੀ ਸ਼ਾਹ ਸਾਹਿਬ ਦਾ? ਇਨਸ਼ਾਅੱਲਾ ਹਫ਼ਤਾ ਜਾਂ ਐਤਵਾਰ ਜੀ ਇਨਸ਼ਾਅੱਲਾ ਮੁਲਾਕਾਤ ਹੋਏਗੀ ਲਾਹੌਰ ਜੀ। ਪਿਆਰਾ ਉੱਡ ਰਿਹਾ ਜੀ ਤੁਹਾਡਾ ਜਿਹੜਾ, ਉਹ ਚ ਇਨਸ਼ਾਅੱਲਾ ਤਾਲਾ ਹਾਜ਼ਰੀ ਦੇਵਾਂਗਾ ਜੀ ਸਾਰਿਆਂ ਨੂੰ ਜੀ। ਲਓ ਜੀ ਮੈਂ ਨਾ ਕੁਝ ਇੱਧਰ ਬਰਡ ਪਏ ਨੇ ਆ ਵੀ ਮੈਂ ਤੁਹਾਨੂੰ ਦਿਖਾਵਾਂ ਜੀ। ਲਓ ਜੀ ਅਸੀਂ ਕੁਝ ਆਗਾਜ਼ ਕਰੀਏ ਫਿਰ ਜੀ। ਬਜ਼ੁਰਗੋ ਆਓ ਫਿਰ ਸਾਡੇ ਨਾਲ ਸਾਹਮਣੇ ਲੱਗ, ਥੋੜ੍ਹੇ ਇੱਧਰ ਆਓ। ਸਲਾਮ ਅਲੈਕਮ ਜੀ। ਵਾਲਿਕਮ ਜੀ, ਸਭ ਦੋਸਤਾਂ ਨੂੰ ਮੇਰਾ ਬਹੁਤ ਬਹੁਤ ਸਲਾਮ ਅਲੈਕਮ। ਬਾਬਾ ਜੀ ਕੀ ਹਾਲ ਚਾਲ ਆ ਤੁਹਾਡਾ? ਤੁਹਾਡੀ ਸਿਹਤ ਅੱਛੀ ਆ ਜੀ? ਬਾਬਾ ਜੀ ਸ਼ੌਕ ਵਾਸਤੇ ਕੋਈ ਨਾ ਕੋਈ ਬਹਾਨਾ ਲੱਭਦੇ ਰਹੀਦਾ ਜੀ। ਤੁਹਾਡਾ ਚਿਹਰਾ ਇੱਧਰ ਰੱਖ, ਇੱਧਰ ਆਓ, ਤੁਹਾਡਾ ਚਿਹਰਾ ਸਾਫ਼। ਹਾਂ ਹੁਣ ਹੁਣ ਬਿਲਕੁਲ ਸਹੀ, ਹਾਂ ਜ਼ਬਰਦਸਤ ਹੋ ਰਿਹਾ, ਹੁਣ ਜ਼ਬਰਦਸਤ। ਕੋਈ ਨਾ ਕੋਈ ਬਹਾਨੇ ਲੱਭਦੇ ਰਹੀਦਾ, ਤਲਾਸ਼ ਕਰਦੇ ਰਹੀਦਾ ਕਿ ਚਲੋ ਕੋਈ ਨਾ ਕੋਈ ਬਹਾਨਾ ਮਿਲ ਜਾਏ ਅਤੇ ਨਾਲ ਗੱਪਸ਼ੱਪ ਵੀ ਨਾਲ ਨਾਲ ਹੋ ਜਾਏ। ਕਬੂਤਰ ਦਿਖਾਉਂਦੇ ਵੀ ਰਹੀਦਾ ਦੋਸਤਾਂ ਨਾਲ, ਉਹਨਾਂ ਨੂੰ ਜੌਂਸਿਆਂ ਦਾ, ਕੁਝ ਘੜੀਆਂ ਮੁੜੀਆਂ ਦਾ, ਖਾਕੀਆਂ ਦਾ, ਪਰੀ ਪੈਕਰਾਂ ਦਾ, ਜਿਨ੍ਹਾਂ ਨੂੰ ਬਾਓ ਜੀ ਵੈਸੇ ਇਹਨਾਂ ਚੂਹੇ ਇਸਤੇਮਾਲ ਕਰਦੇ ਸਨ, ਬਣਾਇਆ ਤਾਂ ਉਹਨਾਂ ਨੇ ਆਪ ਸੀ ਆਪਣੇ ਇਹ ਕਬੂਤਰ ਜਿਹੜੇ। ਹਾਂਜੀ ਮੁਖਤਲਿਫ ਨਾਵਾਂ ਦੇ ਨਾਲ, ਹਾਂਜੀ ਆਪਣਾ ਉਹਨਾਂ ਦਾ ਜ਼ਿਕਰ ਕਰਦੇ ਸੀਗੇ। ਅੱਜ ਅਸੀਂ ਕੁਝ ਦੋਸਤਾਂ ਨੂੰ ਅਸੀਂ ਉਹਨਾਂ ਕਬੂਤਰਾਂ ਦਾ ਸ਼ੌਕ ਫੇਰ ਕਰਾਵਾਂਗੇ ਨਵੇਂ ਸਿਰ ਤੋਂ ਦੱਸਦੇ ਹਾਂ ਜੀ ਘੜੀਆਂ ਮੁੜੀਆਂ ਦੇ ਬਾਰੇ ਚ, ਹਾਂਜੀ ਕਿੱਦਾਂ ਚੱਲੇ, ਕਿੱਥੋਂ ਚੱਲੇ, ਹਾਂਜੀ ਇਹਨਾਂ ਦਾ ਨਾਂ ਕਿੱਥੋਂ ਬਣਿਆ। ਠੀਕ ਹੈਗਾ ਜੀ, ਬਾਉਣੀ ਪਾਕਿਸਤਾਨ ਬਣਨੇ ਤੋਂ ਪਹਿਲਾਂ ਦੇ ਇੱਥੇ ਰਹਿਣ ਵਾਲੇ ਹੁਣ ਅਸੀਂ ਦੇ ਜੀ, ਇਸੇ ਤਰ੍ਹਾਂ ਹੈ ਜੀ, ਇਸੇ ਤਰ੍ਹਾਂ ਪਹਿਲਾਂ ਤੋਂ ਹੀ ਇੱਥੇ ਦੇ ਜੀ। ਠੀਕ, ਪੜ੍ਹਦੇ ਸੀ ਸਕੂਲੇ ਜੀ। ਠੀਕ ਹੈ, ਘਰਦਿਆਂ ਨੇ ਇਹਨਾਂ ਨੂੰ ਕਿਹਾ ਵੀ 20 ਕਬੂਤਰਾਂ ਤੋਂ ਵੱਧ ਤੁਸੀਂ ਕਬੂਤਰ ਨਹੀਂ ਰੱਖਣੇ। ਅੱਛਾ 20 ਰੱਖਣੇ ਆ, ਵੱਧ ਨਹੀਂ ਕਰਨਾ। ਇਹਨਾਂ ਦੀ ਬੜੀ ਭੈਣ ਸੀ, ਉਹ ਦੂਏ ਤੀਏ ਦੇ ਨਾਲ ਕੋਠੇ ਚੜ੍ਹ ਕੇ ਗਿਣ ਲੈਂਦੀ ਹੁੰਦੀ ਸੀ। ਅੱਛਾ ਬਾਊ ਬਾਊ ਜੀ ਦੀ ਬੜੀ ਮਸ਼ੀਰਾ ਜਿਹੜੇ ਸੀ। ਹਾਂਜੀ ਉਹ ਗਿਣਦੇ ਹੁੰਦੇ ਸੀ ਵੀ ਇਹਨਾਂ ਤੋਂ ਵੱਧ ਨਹੀਂ ਕਰਨੇ ਦਿੰਦੇ, ਜਿੰਨੀਆਂ ਤੋਂ ਵੱਧ ਹੋਣੇ ਤੇ ਬਜ਼ੁਰਗਾਂ ਨਾਲ ਗੱਲ ਕਰਨੀ ਤੇ ਇਹਨਾਂ ਨੂੰ ਡਾਂਟ ਪੈਣੀ। ਅੱਛਾ ਅੱਛਾ, ਉਹ ਇਹਨਾਂ ਨੇ ਉਹ ਇਹਨਾਂ ਦਾ ਉਸਤਾਦ ਸੀ ਫਿਰੋਜ਼, ਬਾਊ ਫਿਰੋਜ਼ ਸਾਹਿਬ। ਹਾਂਜੀ ਜਿਹੜੇ ਝਾਲਦੇ ਸਨ ਕਬੂਤਰਾਂ ਨੂੰ ਦੇਤੇ ਹੋਰ। ਅੱਛਾ 20 ਤੇ ਰੱਖਣੇ ਸੀ, ਇਹਨਾਂ ਕੋ ਅੱਗੇ ਸੀ ਤੇ 20 ਹੋਰ ਦੇਤੇ, ਇਹਨਾਂ ਨੇ ਹੋਰ ਦੇਤੇ। ਅੱਛਾ ਇਹਨਾਂ ਕੋ ਅੱਗੇ 40, ਇਹਨਾਂ ਨੇ ਕਿਹਾ ਵੀ ਹੁਣ ਸਵੇਰ ਨੂੰ ਤਾਂ ਗਿਣਨੇ ਆ। ਇਹ ਡਾਕਟਰ ਜ਼ਫਰ ਸਾਹਿਬ ਛੋਟੇ ਭਰਾ ਸੀ ਹਰੂਨ ਸਾਹਿਬ ਦੇ, ਵਾਲਾ ਸਾਹਿਬ ਜਿਹੜੇ ਤੇ ਬਹੁਣੀ ਵੱਡੇ ਸੀ ਜੀ। ਇਹਨਾਂ ਨੇ ਆਪਣੇ 20 ਜਿਹੜੇ ਇਹਨਾਂ ਕੱਢ ਕੇ ਸਵੇਰ ਨੂੰ ਹਟਾਤੇ। ਅੱਛਾ ਤੇ ਉਹ 20 ਖੁੱਡੇ 'ਚ ਛੱਡ ਲਿਆ। ਠੀਕ ਹੋ ਗਿਆ, ਉਹ ਉਹ 20 ਉੱਡ ਰਹੇ ਆਪ ਸਕੂਲੇ ਪੜ੍ਹਨ ਚਲੇ ਗਏ। ਠੀਕ, ਸਕੂਲੋਂ ਵਾਪਸ ਆਉਣਾ ਇਹਨਾਂ ਨੇ, ਫਿਰ ਉਹ ਸ਼ਾਮ ਨੂੰ 40 ਹੋਏ ਹੋਣੇ। ਲੇਕਿਨ ਉਹਨੇ ਦੇ ਤੱਕ ਚੱਕਰ ਲਾਇਣਾ ਬੈਣ ਵਾਲਾ ਤੋਂ ਪਹਿਲਾਂ ਗਿਣ ਲੈਂਦੀ ਹੁੰਦੀ ਸੀ, ਜਦੋਂ ਇਹਨਾਂ ਨੇ ਸਕੂਲੇ ਜਾਣ ਮਗਰੋਂ ਗਿਣ ਦਿੰਦੇ ਸੀ ਕਿ ਹਾਂਜੀ ਆ 20 ਕਬੂਤਰ ਹੈਗੇ। 20 ਤੋਂ ਵੱਧ ਤਾਂ ਨਹੀਂ, ਯਾਨੀ ਕਿ 20 ਹੁੰਦੇ ਸੀ ਹੁਣੇ 20 ਸੀ। ਉਹ 2-3 ਦਿਨ ਇਸ ਤਰ੍ਹਾਂ ਨਾ ਉਹ ਇਹਨਾਂ ਨੇ ਰੋਜ਼ 20 ਕੱਢ ਕੇ ਆਪਣੇ ਹਟਾ ਜਾਣੇ, ਉਹ 20 ਵੇਚੀ ਆ, ਉਹਨੇ ਗਿਣਨੇ ਤੇ 20 ਆ ਪੂਰੇ, ਉਹ 20 ਹੁਣ ਉੱਡ ਰਹੇ, ਉਹ ਤਾਂ ਨਹੀਂ ਪਤਾ ਵੀ 20 ਉੱਡ ਵੀ ਰਹੇ। ਹਾਂਜੀ ਤੇ ਜਦੋਂ ਪੜ੍ਹ ਕੇ ਆ ਰਹੇ ਸੀ ਤਾਂ ਉਹ ਸਿੱਖਣ ਦੀਆਂ ਕੁੜੀਆਂ ਨਾ ਨਾਲ ਇਹਨਾਂ ਦੇ ਘਰ ਦੇ ਨਾਲ ਖਾਲਾ, ਮੈਂ ਦੇਖਿਆ ਬਹੁਤ ਦੇਰ ਪਹਿਲਾਂ ਉਹ ਖਾਲਾ ਬੜਾ ਵੱਡਾ ਸਾਰਾ ਖਾਲਾ ਸੀ। ਅੱਛਾ ਇਹ ਚਰ ਘਰ ਦੇ ਨਾਲ, ਇਹਦੇ ਵਿੱਚ ਨਾ ਇੱਕ ਛੋਟੀ ਜਿਹੀ ਗੱਲ ਕਰੀਏ, ਗੱਲ ਨੂੰ ਮਜ਼ੀਦ ਕਰਨ ਵਾਸਤੇ
ਇਹ ਜਿਹੜਾ ਸੀ ਨਾ ਗੁਰੂ ਨਾਨਕਪੁਰਾ ਤੇ 79 ਜਿਹੜਾ ਸੀਗਾ ਇਹਨਾਂ ਦੇ, ਇਹ ਬਿਲਕੁਲ ਨਾਲ ਨਾਲ ਸਨ ਤੇ ਵਿਚਕਾਰ ਇੱਕ ਸੜਕ ਹੁੰਦੀ ਸੀ ਮੁਹੰਮਦਪੁਰਾ ਪਰਿਆਣਾ ਸੀ। ਹਾਂਜੀ ਉਹਨਾਂ ਦੇ ਪੱਡੀ ਸਾਈਡ ਦੇ ਉੱਤੇ ਬਹੁਤ ਜੀ ਰਹਿੰਦੇ ਸੀ ਤੇ ਸਿੱਖੜੇ ਉੱਡੀ ਸਾਈਡ ਦੇ ਰਹਿੰਦੇ ਹੁੰਦੇ ਸੀਗੇ ਗੁਰੂ ਨਾਨਕਪੁਰੇ। ਅੱਛਾ ਜੀ ਫੇਰ ਜੀ ਇਹ ਉਹ ਸਿੱਖਾਂ ਦੀਆਂ ਕੁੜੀਆਂ ਉਸ ਖਾਲੀ ਦੇ ਕੱਪੜੇ ਧੋਣੀਆਂ। ਹਾਂਜੀ ਠੀਕ ਹੋ ਗਿਆ ਜੀ। ਪਹਿਲਾਂ ਪੁਰਾਣੇ ਦੌਰਾਂ ਦੇ ਵਿੱਚ ਇੱਦਾਂ ਹੀ ਖਾਲਿਆਂ ਦਾ ਪਾਣੀ ਵੀ ਅਸੀਂ ਖਾਲੇ ਦਾ ਪੀਦਾ ਸੀ। ਹਾਂਜੀ ਸਾਫ ਪਾਣੀ ਹੁੰਦੇ ਸਨ ਉਹ ਕਿਹੜਾ ਇਦਾਂ ਦੇ ਪਾਣੀ ਕੱਪੜੇ ਧੋਣੀ ਸੀ ਪਾਣੀ ਦਾ। ਜੋ ਇਹ ਪੜ੍ਹ ਕੇ ਜਦੋਂ ਆਏ ਨਾ ਤਾਂ ਕੁੜੀਆਂ ਬੈਠੀਆਂ ਤੇ ਕੁੜੀ ਕਹਿੰਦੀ ਆ ਹਸਨ ਤੇਰੇ ਕਬੂਤਰ ਤਾਂ ਘੜੀ ਕੇ ਪਿੱਛੇ ਥੱਲੇ ਆਉਂਦੇ ਆ ਫੇਰ ਮੁੜ ਜਾਂਦੇ ਫੇਰ ਘੜੀ ਕੇ ਪਿੱਛੇ ਥੱਲੇ ਆਉਂਦੇ ਫੇਰ ਮੁੜ ਜਾਂਦੇ। ਉਹਨੂੰ ਕਈ ਵਾਰੀ ਇਹ ਲਫ਼ਜ਼ ਕਿਹਾ ਘੜੀ ਕੇ ਪਿੱਛੇ ਆਉਂਦੇ ਕਿ ਅਸੀਂ ਇਹਨਾਂ ਨੂੰ 2-3 ਘੰਟੇ ਤੋਂ ਦੇਖਦੇ ਹਾਂ ਬੈਠਦੇ ਨੇ ਥੱਲੇ ਆ ਜਾਂਦੇ ਆ ਬਹਿਣ ਲੱਗਦੇ ਫੇਰ ਤਾਂ ਉਹਨੂੰ ਚੱਲ ਜਾਂਦੇ ਆ ਫੇਰ ਥੱਲੇ ਆ ਜਾਂਦੇ ਫੇਰ ਯਾਨੀ ਘੜੀ ਕੇ ਪਿੱਛੇ ਥੱਲੇ ਆਉਂਦੇ ਘੜੀ ਪਿੱਛੇ ਬਾਅਦ ਮੁੜ ਜਾਂਦੇ ਆ। ਸਹੀ ਉੱਥੋਂ ਇਹਨਾਂ ਦਾ ਨਾਂ ਘੜੀ ਮੁੜੀ ਚੱਲਿਆ। ਤੁਸੀਂ ਹੁਣ ਮਜ਼ੀਦ ਇਹਨਾਂ ਚ ਨਾ ਦੁਬਾਰਾ ਖਾਕੀਆਂ ਦੇ ਵਿੱਚ ਹੁਣ ਹਾਂਜੀ ਬਿਲਕੁਲ ਠੀਕ। ਵੈਸੇ ਵੀ ਆਪਣਾ ਸਾਜ ਜੀ ਇੱਕ ਚੀਜ਼ ਜਿਹੜੀ ਨਾ ਉਹ ਦੇਖਣ ਚ ਆਈ ਹੈ ਕਿ ਬਹੁ ਜੀ ਘੜੀ ਮੁੜੀ ਉਰੋਂ ਵੀ ਇਸਤੇਮਾਲ ਕਰਦੇ ਸੀ ਸਲੇਟੀਆਂ ਦੇ ਵਿੱਚ, ਇਸ ਲਈ ਉਹਨਾਂ ਦੇ ਜੇ ਜੌਂਸਾ ਕਬੂਤਰਾਂ ਚੋਂ ਸਲੇਟੀ ਕਬੂਤਰ ਨਿਕਲਦੇ ਸਨ ਕਿ ਨਹੀਂ ਉਹਨਾਂ ਨੂੰ ਜਦੋਂ ਪੁੱਛੀਦਾ ਸੀ ਨਾ। ਹਾਂਜੀ ਜ਼ਿਆਦਾ ਘੜੀ ਮੁੜੀ ਆ ਇਹਨਾਂ ਦੇ ਵਿੱਚ। ਹੁਣ ਇੱਕ ਸਭ ਤੋਂ ਵੱਡੀ ਗੱਲ ਆ ਵੀ ਆਹ ਖੁੱਡਾ ਆ ਆਹ ਖੁੱਡਾ ਆ ਬਾਹਰ ਵੀ ਕੱਢ ਦਿਓ ਨਾਲ ਦੇ ਖੁੱਡੇ ਹੱਲ ਨਹੀਂ ਬੈਠਦੇ ਆਪਣੇ ਘਰ ਹੀ ਬਹਿਣਾ ਇਹਨਾਂ ਨੇ ਇੱਥੇ ਹੀ ਬਹਿਣਾ ਜਿੱਥੇ ਦੇ ਹੈਗੇ ਆ ਦੂਸਰੀ ਜਗ੍ਹਾ ਤੇ ਜਾਂਦੇ ਨੇ ਸਮਝਦਾਰ ਇੰਨੇ ਆ ਇਹ ਤੇ ਜਾਂਦੇ ਨੇ ਇਹ ਘੜੀ ਮੁੜੀ ਨਹੀਂ ਲੱਗਦਾ ਬੱਚਾ ਘੜੀ ਮੁੜੀ ਕਿਉਂਕਿ ਮੋਹਿੰਦਰਾ ਜਿਹੜਾ ਕਾਲੇ ਪੱਲੇ ਜਿਹੜੇ ਸਾਰੇ ਘੜੀ ਮੁੜੀ ਆ ਜੇ ਜੌਂਸਰੇ ਵੀ ਵਿੱਚ ਹੋ ਗਏ ਫਿਰ ਬਾਅਦ ਬੁੜੇ ਹੋ ਜਾਂਦੇ ਆ। ਜੀ ਠੀਕ ਹੋ ਗਿਆ ਲਓ ਜੀ ਅਸੀਂ ਖਾਕੀ ਦਾ ਵੀ ਬੱਚਿਆਂ ਨੂੰ ਸ਼ੌਕ ਕਰਾਈਏ ਜਿਹੜੇ ਸਾਡੇ ਨਾਲ ਹੈਗੇ ਨੇ ਭਰਾ ਸਾਡੇ ਨਾਲੇ ਅਸੀਂ ਦਿਖਾਈਏ ਇਹਨਾਂ ਨੂੰ ਕਿ ਖਾਕੀ ਕਿੱਡੇ ਹਸੀਨ ਨੇ। ਇਹ 35 ਵਾਲੇ ਵੀ ਬੜਾ ਲਾਜਵਾਬ ਬਰਨ ਜੀ ਇਹਨਾਂ ਕੋਲ ਜੀ। ਹਾਂਜੀ ਇਹ ਵੀ ਪੁਰਾਣੇ ਚੱਲੇ ਆ ਪੁਰਾਣੇ ਤੁਹਾਡੇ ਕੋਲ ਜਿਹੜੇ ਚੱਲੇ ਆ ਰਹੇ ਨੇ ਜੀ ਇਹਨਾਂ ਵਿੱਚ ਲਾਲ ਮੋਤੀਆਂ ਵਾਲੇ ਬਹੁਤ ਬੱਚਾ ਆਉਂਦਾ ਹੈ। ਵਾਹ ਜੀ ਵਾਹ ਕੀ ਬਾਤ ਹੈ ਜੀ ਵਾਹ ਜੀ। ਲਓ ਜੀ ਦੋਸਤੋ ਇਹ ਜਾਮਨੂ ਰੰਗੀਨ ਲੱਤਾਂ ਜੀ ਖੁਸ਼ਕ ਆ ਦੇਖ ਲਓ ਤੁਸੀਂ ਯਾਨੀ ਕਿ ਜਿੰਨੇ ਬਰਡ ਤੁਸੀਂ ਇਸ ਟਾਈਮ ਇੰਨਾ ਸ਼ੌਕ ਦੇਖਦੇ ਪਏ ਇਹ ਜਾਮਨ ਇਹਨਾਂ ਦੇ ਕਲਰ ਸਾਰੇ ਜਾਮਨ ਹੋ ਜਾਣਗੇ। ਅੱਛਾ ਬਾਬਾ ਜੀ ਇਹ ਨਾ ਅਸੀਂ ਸ਼ੌਕ ਵੀ ਇਹਨਾਂ ਦਾ ਨਾਲ ਨਾਲ ਕਰਵਾਉਂਦੇ ਹਾਂ ਇਹ ਇੱਧਰ ਲੈ ਕੇ ਉਹ ਥੋੜ੍ਹਾ ਨਾ ਹੁਣ ਠੀਕ ਆ ਇਹ ਤਾਂ ਥੋੜ੍ਹਾ ਨੀਵਾਂ ਕਰ ਲਓ ਨੀਵਾਂ ਕਰਦੇ ਹਾਂ ਇਹ ਤੇ ਬਹੁਤ ਗਹਿਰੀਆਂ ਖਾਣੇ ਨਾਲ ਜੀ ਮੈਂ ਤੁਹਾਨੂੰ ਗਹਿਰੀਆਂ ਵਾਲੀ ਬਤਾ ਲੇ ਇਹ ਜਦੋਂ ਆਪਸ ਵਿੱਚ ਹੀ ਪਾਉਂਦੇ ਆ ਜੀ ਇਦਾਂ ਦੀ ਅੱਖਾਂ ਬਣ ਜਾਂਦੀਆਂ ਜਦੋਂ ਤੁਸੀਂ ਇਹਨਾਂ ਆਪਸ ਵਿੱਚ ਪੱਠੀ ਪੱਠਾ ਲਾ ਕੇ ਤੇ ਕਰੀਬੀ ਪਾ ਦਿਓ ਨਾ ਕੋਈ ਚਾਚੇ ਭਤੀਜੀ ਦਾ ਜੋੜਾ ਜਾਂ ਕੋਈ ਇਦਾਂ ਦਾ ਭੈਣ ਭਰਾ ਤਾਂ ਨਹੀਂ ਪਾਈਦੇ ਕੋਈ ਚਾਚਾ ਭਤੀਜੇ ਜਾਂ ਪੇ ਧੀ ਪਾਈਦੇ ਕੋਈ ਲਾਗੇ ਛਾਗੇ ਦੇ ਹੋ ਜਾਣ ਅੱਛਾ ਇੱਕ ਭਰਾ ਦਾ ਇੱਕ ਹੋਇਆ ਇੱਕ ਦਾ ਇੱਕ ਹੋਇਆ ਉਦੋਂ ਫਿਰ ਇਹ ਇਸ ਤਰ੍ਹਾਂ ਦੀ ਅੱਖਾਂ ਕਰ ਜਾਂਦੇ ਇਹ ਤੁਸੀਂ ਇੱਕ ਵਾਰੀ ਮੈਨੂੰ ਕਿਹਾ ਸੀ ਉਹ ਕਿੱਥੇ ਗਏ ਤੇਰੇ ਜਿਹੜੇ ਬਹੁਤ ਗਹਿਰੀਆਂ ਅੱਖਾਂ ਦੇ ਸੀ ਇਹ 3-4 ਮਹੀਨੇ ਪਹਿਲੇ ਦੀ ਗੱਲ ਹੈ ਤੇ ਮੈਂ ਫਿਰ ਤੁਹਾਨੂੰ ਕਿਹਾ ਸੀ ਮੈਂ ਕਿਹਾ ਕੋਈ ਨਹੀਂ ਜੀ ਮੈਂ ਜਦੋਂ ਆਪਸ ਵਿੱਚ ਪਾਏ ਤਾਂ ਫਿਰ ਆ ਬਣ ਗਏ ਅੱਖਾਂ ਤੇ ਬਹੁਤ ਗਹਿਰੀਆਂ ਨਜ਼ਰ ਘੱਟ ਆਉਂਦੀਆਂ ਪਈਆਂ ਇੱਕ ਮਿੰਟ ਰੁਕੋ ਭਲਾ
ਅਸੀਂ ਰੋਸ਼ਨੀ ਵੱਲ ਕੋ ਜ਼ਿਆਦਾ ਕਰੀਏ ਤਾਂ ਸ਼ਾਇਦ ਇੱਧਰ ਨੂੰ ਰੋਸ਼ਨੀ ਦਾ ਜ਼ਿਆਦਾ ਅੱਛੀ ਹੋ ਜਾਵੇ। ਇਹ ਮੈਂ ਦੇਖਦਾ ਲੇਕਿਨ ਨਹੀਂ ਦੇਖਦੀਆਂ ਤਾਂ ਸਹੀ ਹੈ, ਲੇਕਿਨ ਅੱਖਾਂ ਗਹਿਰੀਆਂ ਹੁੰਦੀ ਵਜ੍ਹਾ ਤੋਂ ਨਾ ਬਹੁਤ ਗਹਿਰੀਆਂ ਹਨ ਨਾ ਅਤੇ ਸਮਝ। ਚਲੋ ਠੀਕ ਹੋ ਗਿਆ, ਠੀਕ ਹੋ ਗਿਆ। ਪੜਦਾ ਵੀ ਸ਼ੌਕ ਕਰਵਾਓ ਦੋਸਤਾਂ ਨੂੰ, ਜਿਹੜੇ ਨਵੇਂ ਸਾਡਾ ਦੋਸਤ ਆਏ ਨੇ। ਆਹ ਬੱਚਾ ਫੜੋ, ਹਾਂ ਦੇਖੀਏ ਭਲਾ ਸਾਂਭਣ ਲਾ। ਆਹ ਸੇਡੀ ਫੜੋ, ਹਾਂ ਰੱਖੀਏ ਆਹ ਨਾਲ ਦਾ ਦੇਖੋ ਆਹ ਥੱਲੇ। ਚਲੋ ਇੱਕ ਫੜ ਲਓ ਜਿਹੜਾ ਮਰਜ਼ੀ ਫੜ ਲਓ। ਚਲੋ ਕੋਈ ਗੱਲ ਨੀ, ਗੱਲ ਦੇਖੀ ਆ, ਅਸੀਂ ਪੜ ਦਿਖਾਉਣਾ ਚਾਹੁੰਦੇ ਹਾਂ ਦੋਸਤਾਂ ਨੂੰ। ਚਲੋ ਠੀਕ ਆ। ਲਓ ਜੀ ਦੋਸਤੋ, ਅਸੀਂ ਤੁਹਾਨੂੰ ਇਹਨਾਂ ਦੇ ਪਰਾਂ ਦਾ ਵੀ ਸ਼ੌਕ ਕਰਵਾਉਂਦੇ ਹਾਂ ਜੀ, ਕਿ ਜਿਹੜੇ ਉਸਤਾਦ ਲੋਕ ਨੇ ਉਹ ਸਮਝਦੇ ਆ ਕਿ ਪਰ ਇਹਨਾਂ ਦੇ ਲੋਕ ਸ਼ੱਕ ਦੇਖ ਲੈਣਗੇ ਨਾ, ਇਹਨਾਂ ਦੇ ਪਰਾਂ ਦੀ ਤਰਾਸ਼ ਖਰਾਸ਼ ਦਾ ਵੀ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਕੈਸੀ ਹੈ। ਠੀਕ ਹੈ ਜੀ। ਲਓ ਜੀ ਇਹ ਨੇ ਜੀ ਇਹਨਾਂ ਦੇ ਪਰ ਜੀ, ਤੀਲੀ ਤੁਸੀਂ ਦੇਖ ਲਓ ਇਹਨਾਂ ਦੀ, ਇਹਨਾਂ ਦੇ ਵੱਡੇ ਪਰ ਦੇਖ ਲਓ ਇਹਨਾਂ ਦੇ, ਜਿੱਦਾਂ ਉਹ ਕਹਿੰਦੇ ਨਾ ਕਿ ਜਿੱਦਾਂ ਹਾਕੀ ਜ਼ਾਹਰਾ ਇਹਨਾਂ ਦੇ ਵਿੱਚ ਜਿਹੜਾ। ਲਓ ਜੀ ਆਹ ਡਿਵਾਈਡ ਹਿੱਸਾ ਤੁਸੀਂ ਦੇਖ ਲਓ ਪਾਰਨ ਦਾ ਵਿਚਲਾ ਹਿੱਸਾ ਕਿੱਡਾ ਵੱਡਾ ਜੇ ਮਾਸ਼ਾਅੱਲਾ। ਦੇਖੋ ਬਗਲ ਇਹਨਾਂ ਦੀ ਬਹੁਤ ਵੱਡੀ ਜੀ ਮਾਸ਼ਾਅੱਲਾ, 10 ਤੋਂ ਜ਼ਿਆਦਾ ਪਾ ਰਿਹਾ ਜੀ ਗਿਣੋ। ਹਾਂ ਜੀ ਮੈਂ ਹੁਣ ਇੱਥੋਂ ਗਿਣ ਲਓ, ਇੱਥੋਂ ਗਿਣਨੇ ਸ਼ੁਰੂ ਕਰ ਲਓ। ਅੱਛਾ ਜੀ ਠੀਕ, ਇਹਨੂੰ ਕਹਿੰਦੇ ਨੇ 22 ਪਰਾ 23 ਪਰਾ। ਅੱਛਾ ਆ ਗਿਣੋ ਕਿੰਨੇ ਪਰਾ, 1 2 3 4 5 6 7 8 9 10 11 ਪਰ ਨੇ ਜੀ। ਆ ਕਰ 12ਵਾਂ ਛੋਟਾ 12ਵਾਂ ਵੀ ਛੋਟਾ ਜੀ, 12 ਹੀ 12 ਹੁੰਦੇ ਨੇ ਜਿਹੜੇ ਜੀ, ਇਹਦੇ ਅੰਦਰਲੇ ਤੇ ਬਾਹਰ ਜਿਹੜੇ ਨਾ ਬਾਹਰਲੇ ਬੰਨੇ 10 ਹੁੰਦੇ ਨੇ। ਲੱਤਾਂ ਦੇਖੋ, ਆਓ ਵਾਹ ਜੀ ਵਾਹ, ਕੀ ਬਾਤ ਹੈ ਜੀ। ਉਹੀ ਰੰਗੀਨ ਜੀ, ਖੁਸ਼ਕ ਹੈ, ਖੁਸ਼ਕ ਵੀ ਤੇ ਰੰਗੀਨ ਵੀ। ਇਹ ਜਾਮਨੂ ਕਲਰ ਬਣੇਗਾ ਸਾਰਾ ਇਹਦਾ, ਇੱਦਾਂ ਹੀ ਨਹੀਂ ਜੀ। ਹਾਂਜੀ ਦਿਖਾਓ ਜਰਾ ਕਿਹਨਾਂ ਦੀ ਅੱਖਾਂ, ਜਾਂ ਤੁਹਾਨੂੰ ਸ਼ੌਕ ਵੀ ਕਰਾਓ ਇਹਨਾਂ ਦਾ। ਹਾਂ ਇੱਥੇ ਪਾਜੋ ਇੱਥੇ, ਇਹ ਅੱਖਾਂ ਯਾਰ ਪਤਾ ਨਹੀਂ ਸਾਨੂੰ, ਹਾਲੇ ਬੱਚੇ ਨੇ ਨਾ ਸਾਫ਼ ਹੋ ਰਹੀਆਂ ਅੱਖਾਂ ਇਹਨਾਂ ਦੀਆਂ, ਹਾਲੇ ਕਲੀਅਰ ਨਹੀਂ ਹੈਗੀਆਂ। ਇਹਨਾਂ ਦੇ ਵੱਡੇ ਦਾ ਵੀ ਸ਼ੌਕ ਕਰਾਉਂਦੇ ਹਾਂ, ਲੇਕਿਨ ਹੁਣੇ ਇਹਨਾਂ ਦੇ ਰਿੰਗ ਤਾਂ ਹੁਣ ਨਜ਼ਰ ਆ ਰਹੇ ਹੁਣੇ ਜੀ, ਹੈਂ ਹੁਣੇ ਰਿੰਗ ਨਜ਼ਰ ਆ ਰਹੇ ਇਹਨਾਂ ਦੇ। ਵਾਹ ਜੀ ਕੀ ਬਾਤ ਹੈ। ਚੱਲ ਜੀ ਦਿਖਾ ਦੇ। ਲਓ ਜੀ ਦੇਖੋ ਜੀ ਦੋਸਤੋ, ਮੈਂ ਨਾ ਚਾਹੁੰਦਾ ਕਿ ਤੁਸੀਂ ਇਹਨਾਂ ਦੇ ਪਰਾਂ ਦੀ ਤਰਾਸ਼ ਤਰਾਸ਼ ਦੇਖੋ। ਇਸ ਕਬੂਤਰਾਂ ਨੂੰ ਚੱਲਦਿਆਂ ਨੂੰ ਕਮ ਅਜ਼ ਕਮ 150 ਸਾਲ ਹੋ ਚੱਲਾ ਜੀ। ਬਾਊ ਜੀ ਕੋ, ਬਾਊ ਜੀ ਦੇ ਪਹਿਲਾਂ ਉਸਤਾਦ ਬਾਊ ਫਿਰੋਜ਼ ਸਾਹਿਬ ਕੋ, ਉਹਨਾਂ ਤੋਂ ਪਹਿਲਾਂ ਫਤਿਹਦੀਨ ਸਾਹਿਬ ਜਿਹੜੇ ਉਹਨਾਂ ਦੇ ਉਸਤਾਦ ਸਨ ਜੀ, ਯਾਨੀ ਕਿ ਪਾਰਟੀਸ਼ਨ ਤੋਂ ਪਹਿਲਾਂ ਇਹ ਕਬੂਤਰ ਮੌਜੂਦ ਸਨ। ਠੀਕ ਹੈ ਜੀ। ਉਸ ਤੋਂ ਬਾਅਦ ਹਸਨ ਸਾਹਿਬ ਦੇ ਕੋਲ ਆਇਆ ਜੀ, ਹਸਨ ਸਾਹਿਬ ਨੇ ਫਿਰ ਇਹਨਾਂ 'ਤੇ ਰਾਜ ਕੀਤਾ। ਫੈਸਲਾਬਾਦ ਵਿੱਚ ਇਹਨਾਂ ਨੇ ਨਾਂ ਕਮਾਇਆ ਜੀ। ਦੇਖੋ ਜੀ ਵੱਡੇ ਇਹਨਾਂ ਦੇ ਪਰ ਦੇਖੋ ਸਾਰੇ, ਇਹਨਾਂ ਦੀ ਡਾਇਰੈਕਸ਼ਨ ਦੇਖੋ ਬਗਲ ਤੱਕ ਸਾਰਾ ਜੀ। ਠੀਕ ਹੈ ਜੀ। ਲਓ ਜੀ ਦੇਖੋ ਜੀ ਕਿਆ। ਅੱਛਾ ਦੋਸਤੋ ਦੇਖੋ ਲਾਕ ਇਹਨਾਂ ਦੇ ਕਿਆ ਜ਼ਬਰਦਸਤ ਆ। ਕਹਿੰਦੇ ਕਿ ਜਿੰਨੇ ਚੌੜੇ ਲਾਕ ਹੋਣ ਉਨੇ ਜ਼ਿਆਦਾ ਅੱਛੇ ਹੁੰਦੇ ਆ। ਵੱਡੇ ਪਰ ਦੇਖ ਲਓ, ਹਾਕੀ ਪਰ ਨੇ ਜਿਹਨੂੰ ਕਹਿੰਦੇ ਜੀ, ਅੱਗੋਂ ਜਾ ਕੇ ਛੁਰਾ ਜਿੱਦਾਂ ਨਹੀਂ ਹੁੰਦਾ ਉਸ ਤਰ੍ਹਾਂ ਦਾ। ਇਹ ਵੀ ਦਿਖਾਓ ਇਹਨਾਂ ਦੇ ਪੰਜੇ ਵੀ ਸਾਨੂੰ ਦਿਖਾਓ, ਇਹਨਾਂ ਦੀਆਂ ਅੱਖਾਂ ਵੀ ਦਿਖਾਓ ਜੀ।
ਇੱਕ ਮਿੰਟ ਮੈਂ ਇੱਧਰ ਸਾਈਡ ਤੋਂ ਹਾਂ, ਸ਼ਾਇਦ ਇਹ ਇੱਧਰੋਂ ਰੋਸ਼ਨੀ ਜ਼ਿਆਦਾ ਕੁਝ ਬਿਹਤਰ ਹੋਵੇ। ਇਹਨਾਂ ਅੱਖਾਂ ਗਹਿਰੀਆਂ ਬਹੁਤ ਇਹਨਾਂ ਦੀਆਂ। ਹਾਂਜੀ, ਸਾਰਿਆਂ ਦੀਆਂ ਗਹਿਰੀਆਂ ਹੋ ਗਈਆਂ। ਅਸਲ ਬੇਸਿਕਲੀ ਇਹ ਚੂਹੇ ਇਹਨਾਂ 'ਚ ਜ਼ਿਆਦਾ ਹੋ ਗਏ ਨਾ, ਅਤੇ ਅੱਖਾਂ ਤਾਂ ਗਹਿਰੀਆਂ ਦੀਆਂ ਹੋ ਜਾਂਦੀਆਂ ਹਨ ਜਦੋਂ ਆਪਸ ਵਿੱਚ ਪੈਂਦੇ ਇੱਦਾਂ ਦੀ। ਹਾਂ, ਫਿਰ ਗਹਿਰੇ ਲਓ ਜੀ, ਬਣ ਜਾਣੀ ਖਾਕੀ। ਹਾਂ, ਖਾਕੀ ਹੋ ਗਈ ਸਰ। ਵਾਹ ਜੀ ਵਾਹ, ਕਿਆ ਬਾਤ, ਠੀਕ ਹੋ ਗਏ, ਬਹੁਤ ਆਲਾ ਜੀ, ਮਾਸ਼ਾ ਅੱਲਾਹ ਜੀ। ਦੋਸਤ ਸਾਡੇ ਨਾਲ ਕੁਝ ਆਏ ਨੇ ਜੀ, ਕੋਈ ਨੀ, ਦੇਖ ਲੈਂਦੇ ਆ। ਮਲਿਕ ਵਿਕਾਸ ਭਾਈ, ਬਹੁਤ ਸ਼ੁਕਰੀਆ ਜਨਾਬ ਤੁਹਾਡਾ, ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ ਜੀ। ਜ਼ਬੈਰ ਅਵਾਨ ਸਾਹਿਬ ਜੀ, 35 ਵਾਲੇ ਦਾ ਵੀ ਸ਼ੌਕ ਕਰਵਾਉਂਦੇ ਆ ਸਰ, ਬਿਲਕੁਲ ਕਰਵਾਉਂਦੇ ਆ ਜੀ ਹੁਣੇ। ਜ਼ਬੈਰ ਭਾਈ ਜੀ, ਹਰੂਨ ਮਿਨਹਾਸ ਜੀ ਵੈਲਕਮ ਹੋ ਗਿਆ ਜੀ, ਅਬਰਾਰ ਅਲੀ ਜੀ ਚਿਸ਼ਤੀ ਸਾਹਿਬ ਜੀ ਵੈਲਕਮ ਹੋ ਗਿਆ ਜੀ। ਜੀ ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤਾਂ ਦਾ, ਬਹੁਤ ਸ਼ੁਕਰੀਆ ਜੀ। ਅਬਰਾਰ ਭਾਈ, ਤੁਸੀਂ ਆਪ ਵੀ ਬੜੇ ਸੋਹਣੇ ਹੋ ਮਾਸ਼ਾਅੱਲਾ। ਦੇਖੋ ਜੀ, ਜਿਹੜੀ ਚੀਜ਼ ਦੇਖਣ ਵਾਲੀ ਤਾਂ ਖੂਬਸੂਰਤ ਅੱਖ ਹੁੰਦੀ ਆ ਬੰਦੇ ਦੀ, ਜੇ ਉਹਨੂੰ ਕੋਈ ਅੱਛੀ ਚੀਜ਼ ਦਿਖਾਈ ਜਾਏ ਤਾਂ ਉਹਨੂੰ ਫਿਰ ਚੀਜ਼ ਅੱਛੀ ਵੀ ਤਾਂ ਲੱਗਦੀ ਹੈ ਨਾ ਜੀ। ਹੁਣ ਮੈਂ ਤੁਹਾਨੂੰ ਜੀ 35 ਵਾਲਿਆਂ ਦੀ ਫਰਮਾਇਸ਼ ਆਈ ਆ ਜੀ, ਜੀ ਸਾਨੂੰ 35 ਵਾਲਿਆਂ ਦਾ ਵੀ ਸ਼ੌਕ ਕਰਵਾਇਆ ਜਾਵੇ ਬਾਬਾ ਜੀ। ਅਲੋ ਦਿਖਾਓ, ਇੱਥੇ ਬੱਚਾ ਵੀ ਦਿਖਾਓ, ਕੋਈ ਵੱਡਾ 10 ਸਾਫ ਹੈਗਾ ਜੀ, ਪੱਠੀ ਜਿਹੜੀ ਮੈਂ ਤੁਹਾਨੂੰ ਛੱਡ ਕੇ ਗਿਆ ਸੀ ਜਿਹੜੀ, ਉਹ ਵੀ ਦਿਖਾਇਓ ਤਾਂ ਕਿ ਉਹਦੀ ਅੱਖਾਂ ਦਾ ਉਹ ਫਿਰਦੀ ਪਈ ਜੇ। ਦਿਖਾਓ ਜੀ 35 ਵਾਲਿਆਂ ਦਾ ਜੀ, ਕੋਈ ਗੱਲ ਇਧਰੋਂ ਫੜ ਲਓ ਨਾ, ਦੂਜੇ ਹੱਥ ਨਾਲ ਫੜ ਲਓ, ਇੱਥੇ ਫੜ ਲਓ, ਇਹ ਹੱਥ ਫੜ ਲਓ ਨਾ, ਦਿਖਾ ਦਿਓ, ਫੜ ਲਓ, ਹਾਂ ਕੋਈ ਗੱਲ ਨਹੀਂ, ਚਲੋ ਵੱਡਾ ਵੀ ਫੜ ਲੈਂਦੇ ਹਾਂ, ਦਿਖਾਓ ਨਾ ਇੱਕ ਦਿਖਾਓ, ਅੱਖ ਫੜੋ ਨਾ, ਅੱਖ ਉਹ ਸੱਸ ਨਾਲ ਨਹੀਂ ਬੜੀ ਜਾਂਦੀ ਅੱਖ। ਲਓ ਜੀ, ਜ਼ੀਰੋ ਹੈ ਜੀ ਹਾਲੇ ਜੀ, ਜੀ ਲਓ ਜੀ, ਇਹ 10 ਸਾਫ਼ ਹੋ ਰਹੀ ਸੀ, ਇਹ ਮੈਂ ਚੌਥੇ ਪੰਜਵੇਂ ਪਾਰ ਚੱਲ ਗਈ ਹੈ, ਮੇਰਾ ਪੰਜਵੇਂ ਪਾਰ ਚੱਲ ਗਈ, ਇਹਨਾਂ ਦੀ ਅੱਖਾਂ ਦਿਖਾਓ ਜੀ, ਕੋਈ ਫਰਕ ਪਿਆ ਇਹਨਾਂ ਦੇ, ਇਹਨਾਂ ਦੇ ਵੱਡੇ ਦਾ ਵੀ ਸ਼ੌਕ ਬਣਾਉਂਦੇ ਹਾਂ ਜੀ, ਇਹਨਾਂ ਦੀਆਂ ਤਾਂ ਕੋਈ ਘੱਟ ਪਿਆ ਨਾ, ਆ ਹੁਣ ਇਹਨਾਂ ਦੀਆਂ, ਲੇਕਿਨ ਹੈ ਤੇ ਪੰਜੇ ਵੀ ਦੇਖ ਲਓ ਰੰਗੀਆਂ ਨੇ ਜੀ ਇਹਨਾਂ ਦੇ ਸਾਰੇ ਜੀ, ਠੀਕ ਹੋ ਗਿਆ ਜੀ। ਜੀ ਮੈਂ ਅਸੀਂ ਤੁਹਾਨੂੰ ਵੱਡੇ ਕਿਸੇ ਬਰਡ ਦਾ ਵੀ ਸ਼ੌਕ ਕਰਾਉਂਦੇ ਹਾਂ, 35 ਵਾਲੇ ਦਾ ਮਾਦੀ 'ਤੇ ਫਿਰਦੀ ਪਈ ਹੈ, ਉਹਦੀ ਅੱਖਾਂ ਤੁਹਾਨੂੰ ਦਿਖਾਉਂਦੇ ਹਾਂ ਜੈਨੂਅਨ ਜਿਹੜੇ, ਆਹ ਦਿਖਾਉਂਦੇ ਹਾਂ ਦਿਖਾਉਂਦੇ ਜੀ। ਲਓ ਜੀ ਠੀਕ ਹੋ ਗਿਆ ਜੀ, ਚਲੋ ਇਹ ਇਹ ਵਾਲੇ ਜਿਹੜੀ ਇਹ ਇਹ ਗਿਆ ਜੀ, ਉਹ ਇਹ ਬੇਬੀ ਸੀ ਜਿਹੜਾ ਤੁਸੀਂ ਦੇਖਿਆ ਜੀ ਹੁਣ ਜਿਹੜਾ ਇਹ ਵਾਲਾ ਇਹ ਸੀ ਜੀ,
ਠੀਕ ਹੋ ਗਿਆ ਜੀ? ਠੀਕ ਹੋ ਉਹ ਇੱਦਾਂ ਦੀਆਂ ਅੱਖਾਂ ਬਣ ਜਾਣੀਆਂ ਉਹਨਾਂ ਦੀਆਂ ਵੀ ਇੱਧਰ ਦੀ ਦਿਖਾ ਦਊਗਾ ਉਹ ਹਜੇ ਗਹਿਰੀਆਂ ਬੱਚੇ ਆ ਨਾ ਹਾਂਜੀ ਸਾਫ਼ ਹੋ ਕੇ ਇੱਦਾਂ ਦੀਆਂ ਬਣ ਜਾਣੀਆਂ ਇੱਦਾਂ ਕਰ ਲਓ ਲਓ ਜੀ ਦੇਖੋ ਜੀ ਅੱਖ ਜੀ ਇਹਦੀ ਥੱਲੇ ਘੁੱਟ ਹੈ ਜੀ ਕੋਈ ਗੱਲ ਮਾਸਤਾ ਉਹਨੂੰ ਆਇਆ ਨਾ ਕੋਈ ਗੱਲ ਲਓ ਜੀ ਆ ਜਨਮ ਰੱਖਾਂ ਜੀ ਇਹਨਾਂ ਦੇ ਇਹ ਉਹਨਾਂ ਦੇ ਮਾਂ ਪਿਓ ਜੀ ਬੱਚੇ ਦੀ ਅੱਛਾ ਭੈਣ ਚਲੋ ਉਹਨਾਂ ਦੀ ਵੱਡੀ ਹੈ ਜੀ ਉਹਨਾਂ ਦੀ ਵੱਡੀ ਹੈ ਜੀ ਇਹ ਜਨਮ ਰੱਖਾਂ ਉਹਨਾਂ ਦੀਆਂ ਆ ਜੇ ਉਹ ਇੱਦਾਂ ਦੀਆਂ ਅੱਖਾਂ ਬਣ ਜਾਣੀਆਂ ਜੀ ਬਾਅਦ 'ਚ ਚਲੋ ਜੀ ਦਹੋ ਇਹਨਾਂ ਦੇ ਪਰ ਕੱਟੇ ਤੁਸੀਂ ਹੈ ਨਾ ਇਹ ਇਹਨਾਂ ਦਾ ਰੰਗ ਰੂਪ ਬਣੇਗਾ ਜੀ ਪੈਂਤੀ ਵਾਲਿਆਂ ਦਾ ਜਿਹੜਾ ਇਹਨਾਂ ਦਾ ਜੈਨੂਅਨ ਜਿਹੜਾ ਹੁੰਦਾ ਜੀ ਇਹ ਵਾਲਾ ਦੇਣਾ ਜੀ ਲਓ ਜੀ ਇਹ ਇੱਕ ਸਾਨੂੰ ਬਾਬਾ ਜੀ ਦਹੋ ਇਹ ਵਾਲੇ ਜਿਹੜੇ ਨਾ ਇਹਨਾਂ ਦੇ ਜਿਹੜਾ ਘੜੀਆਂ ਦਾ ਜਿਹੜਾ ਨਾ ਇਹ ਘੜੀ ਮੁੜੀਆਂ ਦਾ ਜਿਹੜਾ ਗਹਿਰਾ ਜਿਹੜਾ ਇਹ ਬੱਚਾ ਦਿਖਾਓ ਗਹਿਰਾ ਇਹ ਵਾਲਾ ਇਹ ਨਹੀਂ ਇਹ ਵਾਲਾ ਜਿਹੜਾ ਹਾਂ ਇਹ ਦਿਖਾਓ ਬੱਚਾ ਜੀ ਇਹ ਗਹਿਰਾ ਬੱਚਾ ਦਿਖਾਓ ਬੜਾ ਖੂਬਸੂਰਤ ਲੱਗਦਾ ਇਹ ਪੈਂਤੀ ਵਾਲਾ ਵੀ ਸ਼ੌਕ ਦਿੱਤਾ ਜੀ ਹਾਂਜੀ ਕਾਲੇ ਪੱਲੇ ਵਾਲੇ ਵੀ ਬੰਦੇ ਜਿਹੜੇ ਛੋਟੇ ਆ ਉਹਨਾਂ ਨੇ ਗੂੜੇ ਉਹਨਾਂ ਨੇ ਹਲਕੇ ਹੋ ਜਾਣੇ ਜਿਹੜੇ ਹਲਕੇ ਉਹਨਾਂ ਨੇ ਗੂੜੇ ਹੋ ਜਾਣੇ ਲਓ ਜੀ ਦੇਖੋ ਜੀ ਤੁਹਾਨੂੰ ਪੱਲੇ ਦਿਖਾਈਏ ਕਾਲੇ ਪੱਲੇ ਵਾਲੇ ਜਿਹੜੇ ਨਾ ਕੜੀ ਮੁੜੀ ਕਹਿੰਦੇ ਕਾਲੇ ਪੱਲੇ ਵਾਲੇ ਹੁੰਦੇ ਸੀਗੇ ਜੀ ਇਹ ਜਨਮ ਰੋ ਨਿਕਲੇ ਨੇ ਜੀ ਕਾਲੇ ਪੱਲੇ ਵਾਲੇ ਜੀ ਠੀਕ ਹੋਗਾ ਜੀ ਪਰਾਂ ਦੀ ਤਰਾਸ਼ ਇੱਕ ਹੋਏਗੀ ਜੀ ਤੁਹਾਨੂੰ ਮਜ਼ਾ ਆਏਗਾ ਜੀ ਸਾਰਿਆਂ ਦਾ ਲਓ ਜੀ ਤੀਲੀ ਦੇਖ ਲਓ ਉੱਥੇ ਇਹਨਾਂ ਦੀ ਬਰੀਕ ਹੈ ਜੀ ਚਪਟੀ ਤੀਲੀ ਹੈ ਜੀ ਚਪਟੀ ਬਿਲਕੁਲ ਇਹ ਦੇਖ ਲਓ ਜੀ ਚਪਟੀ ਕੋਈ ਗੁਲਾਈ ਨਹੀਂ ਜੀ ਇਹਦੇ 'ਚ ਜੀ ਠੀਕ ਹੈ ਜੀ ਬੈਠੀ ਹੋਈ ਲੋਕ ਦੇਖ ਲਓ ਕੈਸੇ ਸ਼ਾਨਦਾਰ ਇਹਨਾਂ ਦੇ ਜੀ ਇੱਕ ਸੁੱਖ ਕਿਆ ਬਾਤ ਹੈ ਜੀ ਮਾਸ਼ਾਅੱਲਾ ਜੀ ਹਾਂ ਜੀ ਅੱਖ ਤਾਂ ਹਾਲੇ ਸਾਫ਼ ਨਜ਼ਰ ਨਹੀਂ ਆਉਣੀ ਜੀ ਲੇਕਿਨ ਬਾਹਰ ਵਾਲ ਬਣਨੀ ਤਾਂ ਸਾਫ਼ ਹੀ ਇਹਦੀ ਅੱਖ ਇਹ ਆ ਲਓ ਜੀ ਬਹੁ ਹਸਨ ਸਾਹਿਬ ਵਾਲੇ ਚੌਕ ਕੰਡਾਗਰ ਫੈਸਟਾਬਾਦ ਵਾਲੇ ਉਹਨਾਂ ਦੇ ਤੁਸੀਂ ਘੜੀ ਮੁੜੀ ਕਬੂਤਰਾਂ ਦਾ ਮੈਂ ਤੁਹਾਨੂੰ ਸ਼ੌਕ ਕਰਵਾ ਰਿਹਾ ਜੀ ਵਿੱਚ ਕੋਈ ਪੈਂਤੀ ਵਾਲਿਆਂ ਦਾ ਵੀ ਦੋਸਤਾਂ ਦੀ ਫਰਮਾਇਸ਼ ਦੇ ਵਿੱਚ ਕਮੈਂਟ ਕੀਤਾ ਸੀ ਉਹਨਾਂ ਨੇ ਅਤੇ ਮੈਂ ਇੱਕ ਪੈਂਤੀ ਵਾਲਿਆਂ ਦਾ ਵੀ ਤੁਹਾਨੂੰ ਸ਼ੌਕ ਕਰਵਾਇਆ ਜੀ ਜੋੜੇ ਦਾ ਦੋ ਬੱਚੇ ਦਿਖਾਏ ਅਤੇ ਇੱਕ ਉਹਨਾਂ ਦੀ ਵੱਡੀ ਭੈਣ ਦਿਖਾਈ ਹੈ ਜੀ ਇਹ ਬੰਦੇ ਨੇ ਘੜੀ ਮੁੜੀ ਜਿਹੜੇ ਬੰਦੇ ਨੇ ਜੀ ਇਹ ਅਸਲ 'ਚ ਦੇਖ ਲਓ ਤੁਸੀਂ ਜੀ ਅਸਲ ਇਹਨਾਂ ਦਾ ਕਲਰ ਇਹ ਬੰਦਾ ਜੀ ਸੱਤਵੇਂ ਪਰਦੇ ਹੋ ਗਿਆ ਵਿੱਚ ਕਾਲੇ ਪੱਲੇ ਬਣ ਜਾਂਦੇ ਇਹਨਾਂ ਦੇ ਬਾਅਦ 'ਚ ਆਈ ਜਾਣੇ ਸਹੀ ਹੋ ਗਿਆ ਇਹ ਪਰ ਕੁੰਦੇ ਤਾਂ ਬਹੁਤ ਲਾਜਵਾਬ ਇਹਨਾਂ ਦੇ ਹਾਂਜੀ ਅੱਛਾ ਇਹਨਾਂ ਦਾ ਜਿਹੜਾ ਨਾ ਇਹ ਪਰ ਵੱਡਾ ਹੀ ਹੈ ਜਿਹੜਾ ਨਵਾਂ ਅੱਠਵਾਂ ਪਰ ਜਿਹੜਾ ਨਾ ਇਹਨਾਂ ਦਾ ਵੱਡਾ ਹੀ ਹੈ ਜੀ ਕਿਆ ਬਾਤ ਹੈ ਜੀ ਮਾਸ਼ਾਅੱਲਾ ਲਓ ਜੀ ਇਹ ਜੀ ਇਹਨਾਂ ਦੀਆਂ ਜਨਮ ਰੱਖਾਂ ਜੀ ਇਹਨਾਂ ਦੇ ਜੋ ਗਰੇ ਅੱਖਾਂ ਵੀ ਨਿਕਲਦੀਆਂ ਨੇ ਬਾਅਦ ਕਾ ਜੀ ਜਦੋਂ ਸਲੇਟੀਆਂ ਨਾਲ ਇਹਨਾਂ ਨੂੰ ਬੰਨੇ ਜ਼ਿਆਦਾ ਚੱਲ ਜਾਣ ਤੇ ਇਹਨਾਂ ਦੇ ਵਿੱਚੋਂ ਆਫੇ ਡੌਣ ਸਾਹਿਬ ਕਹਿੰਦੀ ਸਗੀ ਭੈਣ ਗਈ ਹੈ ਭਰਾ ਆਇਆ ਖੜਿਆ ਭਰਾ ਗਿਆ ਉਹ ਪੱਪੂ ਕਸਾਈ ਕੋ ਵੀ ਦੋ ਇਹਦੇ ਨਾਲ ਦੇ ਗਏ ਆ ਆ ਦੋ ਗਏ ਸੀ ਇੱਕ ਗੁਲਾਮਾਬਾਦ ਵਾਲਾ ਲੱਗਿਆ ਕਿਆ ਬਾਤ ਬਹੁਤ ਲਾਜਵਾਬ ਛੱਡੋ ਜੀ ਲਓ ਜੀ ਦੋਸਤੋ ਮੀਆਂ ਫੈਸਲ ਸਾਹਿਬ ਵੈਲਕਮ ਹੋ ਗਿਆ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਕੀ ਹਾਲ ਚਾਲ ਹੈ ਮੀਆਂ ਸਾਹਿਬ ਦੀ ਗ੍ਰੇਟ ਖੁਸ਼ ਹੋ ਜੀ ਅਬਰਾਰ ਅਲੀ ਚਿਸ਼ਤੀ ਸਾਹਿਬ ਵੈਲਕਮ ਹੋ ਗਿਆ ਜੀ ਅਬਰਾਰ ਭਾਈ ਜੀ ਹਰੂਨ ਮਿਨਾਸ ਜੀ ਵੈਲਕਮ ਹੋ ਗਿਆ ਜੀ
ਇਹ ਕਿਹੜਾ ਜੀ? ਕੜੀ ਪੈਕ। ਅੱਛਾ ਅੱਛਾ, ਲਓ ਜੀ ਇਹ ਜਿਹੜੇ ਸੀ ਨਾ ਜਾਲੀਦਾਰ ਅੱਖਾਂ ਵਾਲੇ ਕਬੂਤਰ ਜਿਹੜੇ ਸੀ ਨਾ ਹਸਨ ਸਾਹਿਬ ਦੇ, ਬਹੁਤ ਜਾਲੀ ਬਣਨੀ ਹਾਲੇ ਤੇ। ਹਾਂ ਹਾਲੇ ਤੇ ਬੱਚਾ, ਪਹਿਲਾਂ ਧੱਕਾ ਸਾਫ ਹੋ ਰਿਹਾ ਜੀ, ਜਾਲੀਦਾਰ ਅੱਖਾਂ ਬਣਗੀਆਂ ਇਹਨਾਂ ਦੀਆਂ, ਬਹੁਤ ਲਾਜਵਾਬ ਬਣਦੇ ਨੇ ਜੀ ਇਹਨਾਂ ਦੇ। ਫਿਰ ਰੰਗ ਰੂਪ ਵੀ ਬੜੇ ਖੂਬਸੂਰਤ ਨੇ ਜੀ, ਆਹ ਦੇਖੋ ਨਾ ਜੀ ਕਿਆ ਜਾਲੀ ਬਣ ਰਹੀ ਹੈ ਜੀ ਆਸਤਾ ਆਸਤਾ, ਬਹੁਤ ਅੱਲਾ ਮਾਸ਼ਾਅੱਲਾ ਬਹੁਤ ਅੱਲਾ ਜੀ। ਇਹਨਾਂ ਦੇ ਪਰ ਵੀ ਦੇਖੋ ਜੀ ਦੋਸਤ, ਮੈਂ ਤੁਹਾਨੂੰ ਪਰ ਦਿਖਾਉਣਾ ਜੀ, ਤੁਹਾਨੂੰ ਪਰਾਂ ਦਾ ਵੀ ਮਜ਼ਾ ਆਏਗਾ। ਚੱਲ ਕੋਈ ਗੱਲ, ਲਓ ਜੀ ਇਹਨਾਂ ਦੇ ਪਰ ਵੀ ਦੇਖੋ ਜੀ, ਵਾਹ ਜੀ ਦਸਵਾਂ ਪਰ ਛੋਟਾ ਜੇ ਇਹਨਾਂ ਦਾ ਜੀ, ਆਪ ਜਾਣ ਕੇ ਅੱਠਵਾਂ ਪਰ ਇਹਨਾਂ ਦਾ ਵੱਡਾ, ਅੱਠਵਾਂ ਨੌਵਾਂ ਜਿਹੜਾ ਨਾ ਵੱਡਾ ਹੀ ਹੈ ਦਸਵੇਂ ਤੋਂ ਇਹਨਾਂ ਦਾ, ਉਹ ਮੈਂ ਪੱਟ ਦਿੱਤੇ ਸੀ ਭੁਲੇਖੇ, ਕੋਈ ਗੱਲ ਦੋ ਬਾਲ ਛੱਡੋ ਠੀਕ ਹੋ ਗਿਆ। ਲਓ ਜੀ ਇਹ ਪੱਠਾ ਦਸ ਸਾਫ ਹਾਲੇ ਹੋ ਰਿਹਾ ਜੀ ਜੀ, ਹਾਲੇ ਬਾਤ ਠੀਕ ਹੋ ਗਿਆ। ਲਓ ਜੀ ਦੋਸਤੋ ਉਮੀਦ ਹੈ ਕਿ ਤੁਹਾਨੂੰ ਸ਼ੌਕ ਦਾ ਮਜ਼ਾ ਆਇਆ ਹੋਏਗਾ ਜੀ ਇਨਸ਼ਾਅੱਲਾ ਤਾਲਾ। ਅਮਜਦ ਬਿਸਮਿਲਾ ਜੀ, ਅਮਜਦ ਰਾਜਪੂਤ ਆਇਆ ਨੇ ਜੀ, ਵੈਲਕਮ ਹੋ ਗਿਆ ਜੀ। ਅਮਜਦ ਭਾਈ ਕੀ ਹਾਲ ਚਾਲ ਆ, ਠੀਕ ਠਾਕ ਹੋ ਰਾਜੀ ਹੋ ਜੀ? ਅੱਜ ਫੈਸਲਾਬਾਦ ਆਇਆ ਸੀ, ਇੱਧਰ ਅਜ਼ੀਜ਼ ਅਹਿਮਦ ਨਾਲ ਮਿਲਣਾ ਸੀ ਅਤੇ ਨਾਲੇ ਆਪਣੇ ਪੀਰ ਭਾਈ ਨੂੰ, ਮੈਂ ਕਿਹਾ ਚਲੋ ਗੱਪ ਸ਼ੱਪ ਨਾਲ 10 ਮਿੰਟ ਕਰ ਲਈਏ ਜੀ। ਦਿਓ ਬੱਚੇ ਕਿਸੇ ਨੂੰ ਸੱਜਣਾ ਨੂੰ ਹਜ਼ਾਰਾਂ ਬਾਜ਼ੀਆਂ ਚਲ ਜਾ ਮਜ਼ਾ ਆਇਆ। ਲਓ ਜੀ ਦੋਸਤੋ ਜੀ ਜੀ ਸਾਰਾ ਸਿਲਸਿਲਾ ਜੀ ਜੀ ਹਾਂ ਜੀ। ਨਦੀ ਮਨ ਵਰਤ ਨਹੀਂ ਆਇਆ ਵਿੱਚ? ਨਹੀਂ ਜੀ, ਮੈਨੂੰ ਆਉਂਦਾ ਹੁੰਦਾ ਜੋ ਮੈਨੂੰ ਫਾਟਕ ਹੁੰਦਾ ਲਿਆ ਆਉਂਦਾ ਹੁੰਦਾ। ਅਬੂ ਬਕਰ ਅੱਜ ਨਹੀਂ ਆਇਆ ਜੀ, ਅਬੂ ਬਕਰ ਅਸਮਾਨ ਅੱਜ ਨਹੀਂ ਆਇਆ, ਅੱਜ ਨਹੀਂ ਆਇਆ ਜੀ ਜੀ। ਅੱਲਾ ਦਾ ਸ਼ੁਕਰ ਹੈ ਜਨਾਬ, ਅੱਲਾ ਦਾ ਸ਼ੁਕਰ ਹੈ, ਅਲਹਮਦੁਲਿਲਾ। ਅਮਜਦ ਭਾਈ ਅੱਲਾ ਪਾਕ ਦਾ ਬੜਾ ਆਸਾਨ ਹੈ, ਅਲਹਮਦੁਲਿਲਾ ਮਰਦ ਦਾ ਬੜਾ। ਲਓ ਜੀ ਫਿਰ ਦੋਸਤਾਂ ਕੋਲ ਜਾ ਚਾਹਾਂਗੇ ਜੀ, ਆਓ ਜੀ ਬਾਬਾ ਜੀ ਇਨਸ਼ਾਅੱਲਾ ਤਾਲਾ। ਲਓ ਜੀ ਫਿਰ ਇਜਾਜ਼ਤ ਹੈ ਜੀ ਦੋਸਤੋ, ਅੱਲਾ ਹਾਫਿਜ਼।